ਜੀਤ ਸਿੰਘ, ਗੁਰੂ ਨਾਨਕ ਨਿਸ਼ਕਾਮ ਸਿੰਘ ਜੱਥਾ UK, ਜਿਹਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਹਨ, ਉਹਨਾਂ ਵੱਲੋਂ ਹਰ ਸਾਲ ਦਰਬਾਰ ਸਾਹਿਬ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਕਰਵਾਈ ਜਾਂਦੀ ਹੈ ਅਤੇ ਇਸ ਸੇਵਾ ਨੂੰ ਕਰਨ ਵਾਸਤੇ ਤਕਰੀਬਨ ਕੋਈ 50 ਸਿੰਘਾਂ ਅਤੇ ਸਿੰਘਣੀਆਂ ਦਾ ਜੱਥਾ ਅਫਰੀਕਾ ਤੋਂ, ਇੰਗਲੈਂਡ ਤੋਂ ਜਿਹੜਾ ਉਹ ਮਾਰਚ ਦੇ ਮਹੀਨੇ ਵਿੱਚ ਇੱਥੇ ਪਹੁੰਚਦਾ ਹੈ। ਇਹੀ ਸਮਾਂ ਕਿਉਂ ਚੁਣਿਆ ਜਾਂਦਾ? ਮਾਰਚ ਦਾ ਮਹੀਨਾ ਜਿਹੜਾ ਹੈ ਉਹ ਨਾ ਜ਼ਿਆਦਾ ਗਰਮੀ ਹੈ ਇੰਡੀਆ ਦੇ ਵਿੱਚ, ਨਾ ਜ਼ਿਆਦਾ ਸਰਦੀ ਹੈ, ਅਤੇ ਗਰਮੀ ਵਿੱਚ ਇਹ ਸੇਵਾ ਕਰਨੀ ਹੋਵੇ ਅਤੇ ਜਦੋਂ ਰੀਠੇ ਲਗਾਏ ਜਾਣਗੇ ਪੱਤਰਿਆਂ ਦੇ ਉੱਤੇ ਉਹ ਸੁੱਕ ਜਾਣਗੇ, ਅਤੇ ਜੇ ਸਰਦੀ 'ਚ ਕਰਾਂਗੇ ਤਾਂ ਉਦੋਂ ਠੰਡ ਬਹੁਤ ਹੁੰਦੀ ਆ ਕਿਉਂਕਿ ਪਾਣੀ ਨਾਲ ਧੁਆਈ ਹੋਣੀ ਹੈ ਅਤੇ ਬਹੁਤ ਡਿਫੀਕਲਟ ਹੁੰਦਾ ਹੈ। ਅਤੇ ਦੂਸਰਾ ਮਾਰਚ ਮਹੀਨੇ ਅੰਦਰ ਹੋਲੇ ਮਹੱਲੇ ਦਾ ਬਹੁਤ ਪਵਿੱਤਰ ਦਿਹਾੜਾ ਬਹੁਤ ਵੱਡੇ ਸਕੇਲ 'ਤੇ ਅਨੰਦਪੁਰ ਸਾਹਿਬ ਸਿੱਖਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਉਹਦੇ ਵਿੱਚ ਵੀ ਸੰਗਤਾਂ ਆਪਣਾ ਆ ਕੇ ਹਿੱਸਾ, ਯੋਗਦਾਨ ਅਤੇ ਸੈਲੀਬ੍ਰੇਟ ਕਰ ਲੈਂਦੀਆਂ ਨੇ। ਅਤੇ ਇਸ ਕਰਕੇ ਦੋਨੋਂ ਚੀਜ਼ਾਂ ਨੂੰ, ਦਰਬਾਰ ਸਾਹਿਬ ਦੀ ਸੋਨੇ ਦੀ ਧੁਆਈ ਦੀ ਸੇਵਾ ਅਤੇ ਨਾਲ ਹੀ ਹੋਲੇ ਮਹੱਲੇ ਨੂੰ ਕਲੱਬ ਕਰਕੇ ਇਹ ਹਰ ਸਾਲ ਜੱਥਾ ਜਿਹੜਾ ਕੋਈ 50 ਸਿੰਘਾਂ ਦਾ ਜੱਥਾ ਜਿਹੜਾ ਉਹ ਅੰਮ੍ਰਿਤਸਰ ਵਿਖੇ ਪਹੁੰਚਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕੋਈ 3 ਮਹੀਨੇ ਪਹਿਲਾਂ ਰਿਕੁਐਸਟ ਲੈਟਰ ਭੇਜਦੇ ਹਾਂ ਕਿ ਬਈ ਹਰ ਸਾਲ ਦੀ ਤਰ੍ਹਾਂ ਅਸੀਂ ਦਰਬਾਰ ਸਾਹਿਬ ਦੇ ਸੋਨੇ ਦੇ ਪੱਤਰਿਆਂ ਦੀ ਧੁਆਈ ਜਿਹੜੀ ਆ ਉਹ ਕਰਨੀ ਚਾਹਾਂਗੇ, ਅਤੇ SGPC ਵੱਲੋਂ ਸਾਨੂੰ ਫਿਰ ਈਮੇਲ ਰਾਹੀਂ ਇਨਫੋਰਮ ਕੀਤਾ ਜਾਂਦਾ ਕਿ ਠੀਕ ਆ ਤੁਸੀਂ ਇਸ ਤਰੀਕ ਨੂੰ ਜਿਹੜੀ 9 ਵਜੇ ਇਸ ਧੁਆਈ ਦੀ ਸੇਵਾ ਸ਼ੁਰੂ ਕਰ ਸਕਦੇ ਹੋ। ਨਹੀਂ, ਸਿਰਫ ਨਿੰਬੂ ਅਤੇ ਰੀਠਾ ਦੋ ਚੀਜ਼ਾਂ ਦੇ ਨਾਲ ਜਿਹੜਾ ਆ ਇਹ ਸਾਰੀ ਜਿਹੜੀ ਧੁਆਈ ਦੀ ਸੇਵਾ ਆ ਉਹ ਕੀਤੀ ਜਾਂਦੀ ਹੈ, ਕਿਉਂਕਿ ਰੀਠਾ ਬਹੁਤ ਪੁਰਾਤਨ ਟਾਈਮ ਤੋਂ ਜਿਹੜਾ ਆ ਉਹ ਸਾਰੀਆਂ ਆਪਾਂ ਕੌਮ ਹਿੰਦੁਸਤਾਨੀ ਜਿਹੜੇ ਆ ਉਹ ਯੂਜ਼ ਕਰਦੇ ਆਏ ਨੇ, ਕਿਉਂਕਿ ਰੀਠਾ ਇੱਕ ਐਸੀ ਚੀਜ਼ ਆ ਜੋ ਬੋਡੀ ਨੂੰ ਹਾਰਮ ਨਹੀਂ ਕਰਦਾ, ਜਿਹਦੇ ਨਾਲ ਅਸੀਂ ਪੁਰਾਤਨ ਟਾਈਮ 'ਤੇ ਜਦੋਂ ਸੋਪ ਨਹੀਂ ਸੀ ਬਣੇ, ਸ਼ੈਂਪੂ ਨਹੀਂ ਸੀ ਬਣੇ ਤਾਂ ਆਪਾਂ ਵਾਲ ਆਪਣੇ ਸਾਫ਼ ਕਰਦੇ ਸੀ। ਸੋ ਇਸ ਕਰਕੇ ਰੀਠਾ ਇਹ ਯੂਜ਼ ਕੀਤਾ ਜਾਂਦਾ। ਦੂਸਰਾ ਨਿੰਬੂ, ਜਿਹੜਾ ਨਿੰਬੂ ਆ ਉਹ ਕੋਈ ਵੀ ਚੀਜ਼ ਜ਼ਿਆਦਾ ਪੋਲੂਸ਼ਨ ਲੱਗਾ ਹੋਵੇ ਅਤੇ ਉਹਨੂੰ ਉਬਾਲ ਥੋੜ੍ਹਾ ਜਿਹਾ ਉਹਨੂੰ ਕੀ ਕਹਿ ਸਕਦੇ ਹਾਂ ਕਿ ਪੀਲ ਆਫ ਕਰਨ ਵਿੱਚ ਈਜ਼ੀ ਹੋ ਜਾਂਦਾ ਹੈ। ਅਤੇ ਕਿੰਨੇ ਦਿਨਾਂ ਦੇ ਜਿਹੜੀ ਸੇਵਾ ਮੁਕੰਮਲ ਹੁੰਦੀ ਹੈ? ਤਕਰੀਬਨ ਕੋਈ 10 ਤੋਂ 12 ਦਿਨ ਸੇਵਾ ਨੂੰ ਲੱਗਦੇ ਨੇ, ਅਤੇ ਕਈ ਵਾਰੀ ਕੋਈ 1-2 ਦਿਨ ਵੱਧ ਵੀ ਲੱਗ ਜਾਂਦੇ ਜੇ ਜ਼ਿਆਦਾ ਸੰਗਤ ਹੋਵੇ। ਕਈ ਵਾਰੀ ਤੁਹਾਨੂੰ ਰੋਕਣਾ ਵੀ ਪੈ ਜਾਂਦਾ ਕਿਸੇ ਦਿਨ, ਅਤੇ ਉਹ ਸੰਗਤ ਦਰਬਾਰ ਸਾਹਿਬ ਕਿੰਨਾ ਕੁ ਸੰਗਤ ਦਾ ਫਲੋ ਆ ਉਹਦੇ ਹਿਸਾਬ ਨਾਲ ਫਿਰ ਦੇਖਣਾ ਪੈਂਦਾ ਕਿ ਤਕਰੀਬਨ ਸਿੰਘ ਜਿਹੜੇ ਆਉਂਦੇ ਨੇ ਉਹ ਕੋਈ 2.5 ਹਫ਼ਤਿਆਂ ਵਾਸਤੇ ਆਉਂਦੇ ਨੇ ਅਤੇ 2 ਹਫ਼ਤਿਆਂ 'ਚ ਕਾਰਜ ਕਰਕੇ ਵਾਪਸ ਚਲੇ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਤਾਦਾਦ ਸੰਗਤ ਦਰਸ਼ਨ ਕਰਦੀ ਆ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ। ਇੱਥੇ ਹਰਿਮੰਦਰ ਸਾਹਿਬ 'ਤੇ ਜਿੰਨਾ ਵੀ ਸੋਹਣਾ ਲੱਗਾ ਉਹ ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕਰਵਾਈ, ਉਸ ਤੋਂ ਬਾਅਦ ਸਮੇਂ ਸਮੇਂ 'ਤੇ ਲੋੜ ਅਨੁਸਾਰ ਸੇਵਾ ਹੁੰਦੀ ਰਹੀ। ਪਿਛਲੇ ਸਮੇਂ ਸੋਨਾ ਕਾਲਾ ਪੈ ਜਾਣ ਕਾਰਨ UK ਦੀ ਸੰਗਤ, ਬਾਬਾ ਮਹਿੰਦਰ ਸਿੰਘ ਅਤੇ ਬਾਬਾ ਇੰਦਰਜੀਤ ਸਿੰਘ ਦੀ ਅਗਵਾਈ 'ਚ ਉਹਨਾਂ ਨੇ ਸਮੁੱਚੇ ਹੀ ਗੋਲਡਨ ਟੈਂਪਲ ਦੀ ਜਿਹੜੀ ਉਹ ਸੋਨੇ ਦੀ ਸੇਵਾ ਕੀਤੀ। ਹੁਣ ਉਸ ਸੇਵਾ ਨੂੰ ਜਾਰੀ ਰੱਖਦਿਆਂ ਹਰ ਸਾਲ ਇਸ UK ਦੀ ਸੰਗਤ ਜਿਹੜੀ ਉਹ ਰੀਠਿਆਂ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਜਿੰਨੇ ਵੀ ਸੋਨਾ ਲੱਗਾ ਉਹਦੀ ਧੁਆਈ ਕਰਦੇ ਨੇ, ਕਿਉਂਕਿ ਇਹ ਪੁਰਾਤਨ ਰਵਾਇਤ ਜਿਹੜੀ ਉਹ ਰੀਠਿਆਂ ਨਾਲ ਸੇਵਾ ਕਰਨ ਦੀ ਹੈ, ਅਤੇ ਉਸੇ ਮੁਤਾਬਕ ਹੀ ਇਹ ਰੀਠਿਆਂ ਨੂੰ ਘੋਲ ਕੇ ਉਹਦਾ ਜਿਹੜਾ ਘੋਲ ਹੁੰਦਾ ਉਹਦੇ ਨਾਲ ਇਹ ਰੀਠਿਆਂ ਦੀ ਸੇਵਾ ਘੋਲ ਨਾਲ ਸਮੁੱਚੇ ਹੀ ਗੋਲਡਨ ਟੈਂਪਲ ਦੀ ਜਿਹੜੀ ਬਾਹਰਲੀ ਦੇਖਿਆ ਉਹਦੀ ਧੁਆਈ ਕਰਦੇ ਨੇ, ਅਤੇ ਉਹਦੀ ਚਮਕ ਜਿਹੜੀ ਸੋਨੇ ਦੀ ਉਹ ਬਰਕਰਾਰ ਹੋ ਜਾਂਦੀ ਹੈ। ਹੁਣ ਵੀ ਇਹਨਾਂ ਨੇ ਦੁਬਾਰਾ ਸੇਵਾ ਸ਼ੁਰੂ ਕੀਤੀ ਆ, ਇਹ ਪਰਸੋਂ ਰੋਜ਼ ਜਿਹੜੀ ਇਹ 3 ਵਜੇ ਅਰਦਾਸ ਉਪਰੰਤ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ, ਜੋ ਤਕਰੀਬਨ 8-10 ਦਿਨ ਦੇ ਵਿੱਚ ਇਹ ਸੇਵਾ ਮੁਕੰਮਲ ਹੋ ਜਾਵੇਗੀ। ਇਹ ਬਾਬਾ ਇੰਦਰਜੀਤ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਜੀ ਇਹ ਹਰ ਸਾਲ UK ਤੋਂ ਸੰਗਤ ਲੈ ਕੇ ਆਉਂਦੇ ਨੇ। ਹੁਣ ਵੀ ਇਹਨਾਂ ਦੇ ਨਾਲ ਤਕਰੀਬਨ 40-50 ਬੰਦੇ ਉੱਥੋਂ ਸੰਗਤੀ ਰੂਪ 'ਚ ਆਏ ਨੇ, ਅਤੇ ਉਹਨਾਂ ਨੇ ਇਹ ਸੇਵਾ ਕਰਕੇ ਇੱਥੇ ਅਰਦਾਸ ਬੇਨਤੀ ਕਰਕੇ ਸੇਵਾ ਸ਼ੁਰੂ ਕੀਤੀ ਆ। ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ਣ,
ਅਤੇ ਉਹ ਇੱਦਾਂ ਹੀ ਇਹ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।